ਸਤਿ ਸ਼੍ਰੀ ਅਕਾਲ ਜੀ, DPC ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਹੁਣ ਪੰਜਾਬ 'ਚ ਹੋਵੇਗੀ ਇਸ ਤਰ੍ਹਾਂ ਮਹਿਮਾਨ ਨਿਵਾਜੀ। ਦੋਸਤੋ, ਬਹੁਤ ਜ਼ਿਆਦਾ ਮੰਦਭਾਗੀਆਂ ਖਬਰਾਂ ਜਿਹੜੀਆਂ ਨੇ ਪੰਜਾਬ ਭਰ ਤੋਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਪੰਜਾਬ ਦੇ ਵਿੱਚ ਵੱਧਦਾ ਨਸ਼ੇ ਦਾ ਕੋਹੜ ਜਗ੍ਹਾ ਜਗ੍ਹਾ ਤੇ ਬਦਨਾਮੀ ਕਰਾ ਰਿਹਾ ਆ ਪੰਜਾਬ ਦੀ। ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗਤੀਵਿਧੀਆਂ ਹੋ ਰਹੀਆਂ ਨੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜਾ ਆ ਬਹੁਤ ਮੰਦੇ ਤਰੀਕੇ ਦੇ ਨਾਲ ਲੋਕਾਂ ਵੱਲੋਂ ਦੇਖਿਆ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇੱਕ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇਜ਼ਰਾਈਲ ਤੋਂ ਇੱਕ ਗੋਰੀ ਪੰਜਾਬ ਦੇ ਵਿੱਚ ਘੁੰਮਣ ਆਉਂਦੀ ਹੈ। ਜਦੋਂ ਉਹ ਪੰਜਾਬ ਦੇ ਵਿੱਚ ਘੁੰਮਣ ਆਉਂਦੀ ਆ ਤਾਂ ਘੁੰਮਣ ਦੇ ਚੱਕਰ ਦੇ ਵਿੱਚ ਉਹ ਵਾਹਗਾ ਬਾਰਡਰ ਦੇ ਲਈ ਨਿਕਲਦੀ ਹੈ ਤੇ ਰਸਤੇ ਦੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ ਉਹਦੇ ਨਾਲ ਆਹ ਕਰਤੂਤ। ਤੁਹਾਨੂੰ ਦੱਸ ਦਈਏ ਕਿ ਇਜ਼ਰਾਈਲ ਤੋਂ ਘੁੰਮਣ ਆਈ ਇਸ ਗੋਰੀ ਦੇ ਨਾਲ ਤਿੰਨ ਨੌਜਵਾਨਾਂ ਨੇ ਉਸਦੇ ਹੱਥ ਦੇ ਵਿੱਚੋਂ ਇੱਕ ਹੈਂਡ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਕਿ ਉਹ ਹੈਂਡ ਪਰਸ ਜਿਹੜਾ ਆ ਖੋ ਕੇ ਭੱਜ ਗਏ। ਤੁਹਾਨੂੰ ਦੱਸ ਦਈਏ ਕਿ ਇਹਦੀ ਰਿਪੋਰਟ ਜਦੋਂ ਥਾਣੇ ਦੇ ਵਿੱਚ ਕਰਾਈ ਗਈ ਤਾਂ ਉਸ ਤੋਂ ਬਾਅਦ ਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਸਦੇ ਉੱਤੇ ਛਾਣਬੀਨ ਕਰਕੇ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਜਿਹੜੀ ਪਹਿਚਾਣ ਆ ਉਹ ਕਰ ਲਈ ਗਈ ਹੈ, ਪਰ ਅਗਲੀ ਕਾਰਵਾਈ ਅਜੇ ਚੱਲਦੀ ਪਈ ਹੈ। ਤੁਹਾਨੂੰ ਦੱਸ ਦਈਏ ਕਿ ਗੱਲਬਾਤ ਦੌਰਾਨ ਸਾਹਮਣੇ ਇਹ ਆਇਆ ਕਿ ਪੰਜਾਬ ਪੁਲਿਸ ਨੇ ਉਹਨਾਂ ਤਿੰਨਾਂ ਦੀ ਪਹਿਚਾਣ ਤਾਂ ਕਰ ਲਈ ਹੈ, ਪਰ ਹਾਲੇ ਤੱਕ ਉਹ ਤਿੰਨੇ ਜਿਹੜੇ ਆ ਪੰਜਾਬ ਪੁਲਿਸ ਦੇ ਗ੍ਰਿਫਤ ਵਿੱਚ ਨਹੀਂ ਆਏ। ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਇਜ਼ਰਾਈਲ ਤੋਂ ਇੱਕ ਗੋਰੀ ਘੁੰਮਣ ਦੇ ਲਈ ਪੰਜਾਬ ਦੇ ਵਿੱਚ ਆਉਂਦੀ, ਵਾਹਗਾ ਬਾਰਡਰ ਦੇ ਲਈ ਜਾਣਾ ਚਾਹੁੰਦੀ ਹੈ ਤੇ ਰਸਤੇ ਦੇ ਵਿੱਚ ਤਿੰਨ ਨੌਜਵਾਨਾਂ ਦੇ ਵੱਲੋਂ ਇੱਕ ਉਸ ਗੋਰੀ ਦੇ ਨਾਲ ਬਦਸਲੂਕੀ ਕੀਤੀ ਗਈ ਤੇ ਨਾਲ ਦੀ ਨਾਲ ਉਹਦੇ ਕੋਲੋਂ ਜਿਹੜਾ ਆ ਪਰਸ ਖੋ ਲਿਆ ਜਾਂਦਾ ਆ ਜਿਹੜਾ ਕਿ ਮੋਬਾਈਲ ਪਰਸ ਦੱਸਿਆ ਜਾਂਦਾ ਆ। ਤੁਹਾਨੂੰ ਦੱਸ ਦਈਏ ਕਿ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਲੋਕਾਂ ਦੇ ਲਈ ਇੱਕ ਸ਼ਰਮਨਾਕ ਗੱਲ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹੋ ਜਿਹੀਆਂ ਕਰਤੂਤਾਂ ਨੌਜਵਾਨ ਕਰਦੇ ਆ ਰਹੇ ਨੇ ਤੇ ਕਈ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਹੁਣ ਮਹਿਮਾਨ ਨਿਵਾਜੀ ਇਸ ਤਰੀਕੇ ਦੇ ਨਾਲ ਹੋਵੇਗੀ ਕਿ ਬਾਹਰੋਂ ਆਏ ਘੁੰਮਣ ਫਿਰਨ ਲੋਕਾਂ ਦੇ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਆ। ਬਹੁਤ ਮਾੜੀ ਗੱਲ ਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬਣੇ ਰਹੋ DPC ਪੰਜਾਬੀ ਤੇ। ਇਸੇ ਤਰ੍ਹਾਂ ਤੁਹਾਨੂੰ ਇਹ ਖਬਰ ਕਿਵੇਂ ਦੀ ਲੱਗੀ ਅਤੇ ਆਪਣੀ ਟਿੱਪਣੀ ਆਪਣਾ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ। ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ, ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ। ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ।